ਬਠਿੰਡਾ ਵਿੱਚ ਡਾਕਟਰ ਅੰਬੇਦਕਰ ਪਾਰਕ ਵਿੱਚ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ, ਸਾਰੇ ਮੁਲਾਜ਼ਮ ਉਸ ਦੀ ਨਿਖੇਧੀ ਕਰਦੇ ਹਨ। ਬਜਟ ਵਿੱਚ ਨਾ ਕਿਸਾਨਾਂ ਦਾ, ਨਾ ਮਜ਼ਦੂਰਾਂ ਦਾ, ਨਾ ਹੀ ਮੁਲਾਜ਼ਮਾਂ ਦਾ ਕਿਸੇ ਵੀ ਤਰ੍ਹਾਂ ਦਾ ਖਿਆਲ ਰੱਖਿਆ ਗਿਆ ਹੈ। ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਸਾਹਮਣੇ ਰੱਖਦੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ। ਬਠਿੰਡਾ ਤੋਂ ਹਰਪ੍ਰੀਤ ਸਿੰਘ ਦੀ ਰਿਪੋਰਟ। ਸੁਖਵਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ PWD ਫੀਲਡ ਵਰਕਸ਼ਾਪ ਯੂਨੀਅਨ ਬਠਿੰਡਾ। ਅਸੀਂ ਸਵਾਰਡੀਨੇਟ ਸਰਵਰ ਫੈਡਰੇਸ਼ਨ ਦੇ ਝੰਡੇ ਥੱਲੇ ਅੱਜ ਜੋ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ, ਅਸੀਂ ਇਹਦਾ ਜ਼ੋਰਦਾਰ ਜਾਣੀ ਨਿਖੇਧੀ ਕਰਦੇ ਹਾਂ, ਇਹਨੂੰ ਕੰਡਮ ਕਰਦੇ ਹਾਂ, ਕਿਉਂਕਿ ਬਜਟ ਵਿੱਚ ਨਾ ਤਾਂ ਕਿਸਾਨਾਂ ਦਾ, ਨਾ ਮਜ਼ਦੂਰਾਂ ਦਾ ਅਤੇ ਨਾ ਹੀ ਮੁਲਾਜ਼ਮਾਂ ਦਾ ਕਿਸੇ ਵੀ ਤਬਕੇ ਦਾ ਬਜਟ ਵਿੱਚ ਖਿਆਲ ਨਹੀਂ ਰੱਖਿਆ ਗਿਆ। ਸਰਕਾਰ ਨੇ ਬਜਟ ਵਿੱਚ ਨਵੇਂ ਟੈਕਸ ਲਾਏ ਨਾ, ਜਿਹਦਾ ਕਰਕੇ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਸਾਡੀਆਂ DA ਦੀਆਂ ਕਿਸ਼ਤਾਂ, ਸਾਡਾ ਬਕਾਇਆ, ਸਾਡਾ ਆਪਣਾ 4-9-14 ਦਾ ਜਿਹੜਾ ਸਕੇਲ ਸੀ ਉਹ ਵੀ ਇਹਨਾਂ ਨੇ ਬੰਦ ਕਰਤਾ, ਪ੍ਰਮੋਸ਼ਨਾਂ ਬੰਦ ਕਰਤੀਆਂ, ਸਾਡੇ ਪੇ ਕਮਿਸ਼ਨ ਦੀ ਰਿਪੋਰਟ ਹੀ ਜਾਰੀ ਕਰੇ। ਉਲਟਾ ਸਾਡੇ 'ਤੇ ਜੋ ਮੁਲਾਜ਼ਮ ਪਹਿਲਾਂ ਹੀ ਅਪਲਾਈ ਆ, ਇਨਕਮ ਟੈਕਸ ਦੇ ਰਹੇ ਨਾ, ਉਹਨਾਂ ਦੇ ਉੱਤੇ 200 ਰੁਪਈਆ ਸਮਾਜਿਕ ਟੈਕਸ ਲਾਇਆ, ਇਹ ਗਲਤ ਆ, ਕਿਉਂਕਿ ਅਸੀਂ ਟੈਕਸ ਦੇ ਰਹੇ ਹਾਂ, ਇਹ ਟੈਕਸ ਵਾਪਸ ਲੈਣਾ ਚਾਹੀਦਾ। ਜੇ ਸਰਕਾਰ ਨੇ ਇਹ ਟੈਕਸ ਵਾਪਸ ਨਾ ਲਿਆ ਤਾਂ ਅਸੀਂ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਹੋਰਾਂ ਜਥੇਬੰਦੀਆਂ ਨਾਲ ਮਿਲ ਕੇ ਇੱਕ ਸਾਂਝਾ ਪਲੇਟਫਾਰਮ ਉਸਾਰ ਕੇ ਅਸੀਂ ਜ਼ਬਰਦਸਤ ਵਿਰੋਧ ਕਰਾਂਗੇ। ਜਿੰਨਾ ਚਿਰ ਸਾਡੀਆਂ ਮੰਗਾਂ, ਸਾਡੇ ਮਸਲੇ, ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ, ਅਸੀਂ ਲਗਾਤਾਰ ਲੜਦੇ ਰਹਾਂਗੇ। ਅਤੇ ਡੇਲੀ ਵੇਜ ਕਾਮੇ ਨੂੰ ਪੱਕਾ ਕੀਤਾ ਜਾਵੇ, ਆਂਗਣਵਾੜੀ, ਮਿਡ ਡੇ ਮੀਲ, ਜਿੰਨੇ ਵੀ ਮੁਲਾਜ਼ਮਾਂ ਦੀਆਂ ਕੰਮ ਕਰੇ ਆ, 3.5 ਲੱਖ ਮੁਲਾਜ਼ਮਾਂ, ਜਿੰਨਾ ਵੀ ਆਉਂਦੀਆਂ ਡਿਮਾਂਡ ਨਾ, ਜਿੰਨੇ ਵੀ ਆਉਂਦੀਆਂ ਮਸਲੇ ਨਾ, ਉਹ ਪਹਿਲ ਦੇ ਆਧਾਰ 'ਤੇ ਸਾਡੇ ਹੱਲ ਹੋਣੇ ਚਾਹੀਦੇ ਆ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਡੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ, ਅਸੀਂ ਟਿੱਕੇ ਨਹੀਂ ਬੈਠਾਂਗੇ, ਜ਼ੋਰਦਾਰ ਸੰਘਰਸ਼ ਕਰਾਂਗੇ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਲਦੀ ਕੀਤਾ ਜਾਵੇ, ਜੇ 200 ਟੈਕਸ ਲਏ ਉਹ ਬੰਦ ਕੀਤਾ ਜਾਵੇ, ਕਿਸ਼ਤਾਂ ਰਿਲੀਜ਼ ਕੀਤੀਆਂ ਜਾਣਾ। ਜੇ ਸਾਡੀਆਂ ਇਹ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਸੜਕਾਂ 'ਤੇ ਨਿਕਲਾਂਗੇ। ਸਰਕਾਰ ਜੋ ਵੀ ਸਾਡੇ 'ਤੇ ਹੱਥ ਕੰਡਾ ਵਰਤੇ, ਲਾਠੀਚਾਰਜ ਕਰੇ, ਚਾਹੋ ਕੁਝ ਵੀ ਕਰੇ, ਸਾਨੂੰ ਡਿਸਮਿਸ ਕਰੇ, ਸਾਨੂੰ ਮਹਿਕਮੇ 'ਚ ਕੱਢੇ, ਅਸੀਂ ਸੰਘਰਸ਼ ਵਾਪਸ ਨਹੀਂ ਲਵਾਂਗੇ। ਸਰਕਾਰ ਦੇ ਨੱਕ 'ਚ ਦਮ ਕਰ ਰਹੇ ਪ੍ਰਧਾਨ ਪੰਜਾਬ ਸਪੋਰਟਿੰਗ ਸਰਵਿਸਿਜ਼ ਫੈਡਰੇਸ਼ਨ ਬਠਿੰਡਾ। ਪੰਜਾਬ ਸਰਕਾਰ ਨੇ ਜੋ 22 ਤਰੀਕ ਨੂੰ ਜੋ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ, ਉਹ ਬਜਟ ਨਿਰਾ ਝੂਠ ਦਾ ਪਲੰਦਾ, ਉਹ ਮੁਲਾਜ਼ਮਾਂ ਦੇ ਜਿਹੜੇ ਮਸਲੇ ਸੀਗੇ ਉਹ ਇਹ ਸਰਕਾਰ ਨੇ ਹੱਲ ਤਾਂ ਕੀ ਕਰਨਾ ਸੀਗਾ, ਉਲਟਾ ਸਾਡੇ ਉੱਤੇ ਜਿਹੜਾ 200 ਰੁਪਈਆ ਇਹਨਾਂ ਨੇ ਸਮਾਜਿਕ ਸੁਰੱਖਿਆ ਟੈਕਸ ਲਾਇਆ, ਅਸੀਂ ਉਸ ਟੈਕਸ ਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ, ਔਰ ਇਸ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜਿਹੜੇ ਮੁਲਾਜ਼ਮਾਂ ਦੇ ਪੱਖ ਦੇ ਮਸਲੇ ਹੈ, ਭਾਵੇਂ ਉਹ ਕੱਚੇ ਕੰਮ ਨੂੰ ਪੱਕੇ ਕਰਨ ਦਾ, ਭਾਵੇਂ ਉਹ ਪੇ ਕਮਿਸ਼ਨ ਦਾ, ਭਾਵੇਂ ਉਹ DA ਦੀ ਕਿਸ਼ਤਾਂ ਦਾ, ਜਿੰਨੇ ਵੀ ਸਾਡੀਆਂ 10 ਸੂਤਰੀ ਮੰਗ ਪੱਤਰ ਹੈ, ਜੇ ਸਰਕਾਰ ਨੇ ਉਹ ਜਲਦੀ ਲਾਗੂ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਵੀ ਜ਼ਿਆਦਾ ਤਿੱਖਾ ਕੀਤਾ ਜਾਵੇਗਾ। ਔਰ ਨਾਲੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਮਨਪ੍ਰੀਤ ਬਾਦਲ ਜਿਹੜਾ ਖਜ਼ਾਨਾ ਮੰਤਰੀ ਹੈਗਾ, ਉਸ ਦੀ ਜਿਹੜੀਆਂ ਨੀਤੀਆਂ ਉਹ ਮੁਲਾਜ਼ਮ ਵਿਰੋਧੀ ਹੈਗੀਆਂ, ਅਸੀਂ ਮਨਪ੍ਰੀਤ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀਆਂ ਨੀਤੀਆਂ ਦਾ ਡਟ ਕੇ ਵਿਰੋਧ ਕਰਦੇ ਹਾਂ। ਔਰ ਇਹਦੇ ਨਾਲ ਨਾਲ ਹੀ ਸਾਥੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਥੀਓ ਵੱਡੇ ਪੈਮਾਨੇ 'ਤੇ ਤੁਸੀਂ ਇਕੱਠੇ ਹੋਵੋ, ਕਿਉਂਕਿ ਜਿਹੜੀ ਸਰਕਾਰ ਹੈਗੀ ਹੈ ਇਹ ਬਹੁਤ ਹੀ ਜਿਹੜੀਆਂ ਗਲਤ ਨੀਤੀਆਂ 'ਤੇ ਤੁਰੀ ਹੋਈ ਹੈ, ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਵਾਸਤੇ ਸਾਥੀਓ ਸਮੇਂ ਦੀ ਲੋੜ ਹੈ, ਵੀ ਸਾਨੂੰ ਇਕੱਠਾ ਹੋਣਾ ਚਾਹੀਦਾ। ਇਸ ਦੇ ਨਾਲ ਹੀ ਜੋ ਲੁਧਿਆਣੇ ਦੇ ਵਿੱਚ ਟੀਚਰਾਂ ਦੇ ਉੱਤੇ ਜੋ ਲਾਠੀਚਾਰਜ ਕੀਤਾ,
ਪੰਜਾਬ ਸਬੋਰਡੀਨੇਟ ਸਰਵਿਸ ਫੈਡਰੇਸ਼ਨ ਇਹਨਾਂ ਦੀ ਜਿਹੜੀ ਜੋਧਾ ਸਭਾ ਦੀ ਨਿਖੇਧੀ ਕਰਦੀ ਹੈ। ਨਾਲ ਹੀ ਸਾਥੀ ਸੁਖਮਿੰਦਰ ਜੀ ਜਿਹੜਾ ਸਾਡੇ PWD ਫੀਲਡ ਵਰਕਸ਼ਾਪ ਵਰਕਰ ਯੂਨੀਅਨ ਦੇ ਪ੍ਰਧਾਨ ਹੈਗੇ ਆ, ਉਹ ਵੀ 2 ਮਿੰਟ ਵਾਸਤੇ ਸਾਥੀ ਆਪਣੀ ਗੱਲ ਪ੍ਰੈਸ ਮੀਡੀਆ ਦੇ ਰਾਹੀਂ ਸਰਕਾਰ ਤੱਕ ਪਹੁੰਚਾਉਣਗੇ। ਸਾਥੀ ਸੁਖਮਿੰਦਰ, ਮੈਂ ਭਾਰਤੀ ਕਿਸਾਨ ਡਕਾਉਂਟਾ ਦਾ ਸੂਬਾ ਨੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਬੋਲਦਾ। ਅੱਜ ਵਾਟਰ ਇੰਪਲਾਈਜ਼ ਯੂਨੀਅਨ ਨੇ ਵੱਲੋਂ ਇੱਥੇ ਧਰਨਾ ਲਾਇਆ। ਬਿਲਕੁਲ ਅਸੀਂ ਇਹਨਾਂ ਦੀ ਡਟਮੀ ਹਿਮਾਇਤ ਕਰਦੇ ਹਾਂ, ਇਹਨਾਂ ਦੀ ਵੀ ਨਹੀਂ ਸਮੁੱਚੇ ਮਿਲਾਵਾਂ ਦੀ ਹਿਮਾਇਤ ਕਰਦੇ ਹਾਂ। ਮਿਲਾਵ ਤਬਕੇ ਨੂੰ ਦੇਣ ਦੀ ਬਜਾਏ ਉਹਨਾਂ ਦੀਆਂ DA ਦੀਆਂ ਕਿਸ਼ਤਾਂ ਰੋਲ ਰਹੀਆਂ, ਪੈਨਸ਼ਨਾਂ ਦੀਆਂ DA ਦੀਆਂ ਕਿਸ਼ਤਾਂ ਰੋਲ ਰਹੀਆਂ, ਅਤੇ ਜਿਹੜਾ ਪੰਜਾਬ ਸਰਕਾਰ ਨੇ ਕੈਪਟਨ ਨੇ ਮਤਲਬ ਇਹਨਾਂ 'ਤੇ 200 ਰੁਪਈਆ ਪ੍ਰਤੀ ਮਹੀਨਾ ਲਾਇਆ, ਇਹ ਬਿਲਕੁਲ ਮਤਲਬ ਇੱਕ ਨਜਾਇਜ਼ ਅਤੇ ਧੱਕੇ ਸ਼ਾਹੀ ਵਾਲਾ ਫਾਰਮੂਲਾ ਹੈ ਕਿ 200 ਰੁਪਈਆ ਹਰੇਕ ਵਰਗ 'ਤੇ, ਇੱਕ PN ਆ ਉਹਦੇ 'ਤੇ ਵੀ 200 ਰੁਪਈਆ, ਅਤੇ ਜਿਹੜੇ IAS ਅਫਸਰ ਆ ਵੱਡੇ ਉਹਨਾਂ 'ਤੇ ਵੀ 200 ਰੁਪਈਆ। ਬਿਲਕੁਲ ਇਹ ਵਾਪਸ ਲੈਣਾ ਚਾਹੀਦਾ, ਲੋਕਾਂ ਦੀਆਂ ਸਾਰੀਆਂ ਸਹੂਲਤਾਂ ਦੇਣ ਦੀ ਬਜਾਏ ਉਹਨਾਂ 'ਤੇ ਇਹ ਟੈਕਸ ਲਾਇਆ ਜਾ ਰਿਹਾ। ਇਸੇ ਤਰ੍ਹਾਂ ਹੀ ਮਤਲਬ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਵੀ ਇਸ ਬਜਟ ਦੇ ਵਿੱਚ ਕੱਖ ਨਹੀਂ ਦਿੱਤਾ ਗਾ, ਕਿਸਾਨਾਂ ਦੇ ਨਾਲ ਵੀ ਬਹੁਤ ਵੱਡਾ ਮਜ਼ਾਕ ਕੀਤਾ, ਉਹਦੇ ਖਿਲਾਫ ਵੀ ਸਾਡੀ ਲੜਾਈ ਜਾ ਰਹੀ ਹੈ, ਅਤੇ ਇਹਨਾਂ ਦੀ ਅੱਜ ਸਪੋਰਟ 'ਤੇ ਆਇਆ।